हम जगह भी लगा ही हो गया बिस्मिल्लाहिर्रहमानिर्रहीम। अस्सलामु अलैकुम दोस्तों भाइयों, मैं हूं आपका मेज़बान वकास से नवाए फ़न मैगज़ीन से एक बार फिर आपकी खिदमत में हाजिर हूं और मैं मौजूद हूं उस्ताद मलक में एक अवान की छत पर, जो उस्ताद हाजी मलक लतीफ़ हमायूं की सरपरस्ती में जो ना शो करते हैं जी। अच्छा नेक भाई, तुझे ना शिकिर दिया साहब ने? हाँ जी, शाह साहब है, शाह पूछी शाह है, ठीक है। ये पूछी शाह साहब के जो से हैं वो शिकिर हैं जी, और इनसे आपकी बात भी करवाता हूँ इंशाल्लाह। और इनसे माशाल्लाह से ये पीछे बाजियाँ थी इनकी काफ़ी घरों के साथ, किसी को चौका किसी को छक्का, और काफ़ी मसलन अच्छे तरीके से जो उनसे है ना इन्होंने अपने हरीफों को शिकस्त दी है, और इनकी ज़ुबानी सुनेंगे। बाकी मैं इनके कबूतरों का शौक करवाता हूँ आपको। वालेकुम अस्सलाम खालिद महमूद सिंधु साहब, क्या हाल है? ठीक है आप? नेक भाई ता बेटा भी मेरे ख्याल कासिम नाम है ना दा? आ, वो भी ऑनलाइन है। कासिम भाई की हाल है दादा? ठीक जे चले जी। नेक भाई के दोस्त वगैरह भी आए हुए हैं। राजा कामरान भाई वालेकुम अस्सलाम जी, हमारे साथ मौजूद हैं उस्ताद मलक नेक अवान साहब, और भाई का नाम मुझे हर दफ़ा बोला। मलक टीपू भाई, क्या हाल है? ठीक है जी। नेक साहब की हाल है? ठीक जी, शुक्र अल्लाह ज़्यादा दुआओं का दिया। अच्छा जी, अपना नेक साहब अपना किन्ने घराना बाजी लगी सी ताडी? 15 घराना बाजी सी, ते किन्ने बंदे को जीते थे तुसी? सारे को जीते हैं सर, एक घराना 3-3 बराबर हो गई। एक घराना 3-3 बराबर हो गई, मतलब बराबर हो गई उन्होंने, ठीक हो गया। ते मतलब 14 घराना तुसी जीते आ? किसी ने चौका मारे है? चौका किसी ने 5, हां कईयां नु फुल हैंड 6-6 तवारी। अच्छा सही। आज मेनू तो बड़ी खुशी है अदर क्लब वाले नु ते स्टार लिया स्पैप वाले नु, इना बाकीयां दा बाद गल, मेनू दोवां नु जीतन दी बड़ी खुशी होई। अच्छा ਤੁਸੀਂ ਓਕੇ ਹਾਂਜੀ ਇਹ ਦੋਵਾਂ ਤੋਂ ਜਿੱਤਦਾ ਬਹੁਤ ਤੁਹਾਨੂੰ ਬਹੁਤ ਹੀ ਖੁਸ਼ੀ ਕਿਉਂਕਿ ਅਦਰ ਨੂੰ ਜਿਹੜਾ ਕਲੱਬ ਵਾਲਾ ਹੈ ਉਹ ਤੇ ਜਿਹੜਾ ਉਹ ਪੂਰਾ ਭਾਂਡੀ ਹੈ ਮੈਨੂੰ ਉਹਨੇ ਬਾਜ਼ੀ ਵੀ ਬੜੀ ਕਾਰਵਾਈ ਖਿੱਚ ਮਗਾ ਕੇ ਬੜੀ ਤੇ ਔਖੀਆਂ ਬਾਜ਼ੀ ਲੱਗੀ ਜੀ ਮੈਂ ਲਾਉਂਦਾ ਨਹੀਂ ਬਾਜ਼ੀ ਜੀ ਜੀ ਨਹੀਂ ਉਹ ਥੋੜਾ ਜਿਹਾ ਹੋਂ ਜੀ ਬਸ ਸਾਡਾ ਨਹੀਂ ਅਜੇ ਗੱਲ ਨਹੀਂ ਹੈ ਹਾਂਜੀ ਹਾਂਜੀ ਭਾਈ ਇਹ ਸਾਡਾ ਲੇਕਿਨ ਸ਼ੌਕ ਦੇ ਹੱਥ ਤੱਕ ਜਿਹੜਾ ਨਾ ਉਹਦੇ ਵਿੱਚ ਮਾੜੀਆਂ ਮੋਟੀਆਂ ਗੱਲਾਂ ਦਾ ਸ਼ੌਕ ਜਿ ਹੁੰਦੀ ਹੈ ਨਾ ਹਾਂ ਉਹ ਹੋਂ ਜੀ ਬਸ ਸ਼ੁਕਰ ਮੇਰਾ ਕਰ ਦਿੰਦੇ ਨੇ ਉਹਦੇ ਹਾਂ ਖਾਲਿੰਦਰ ਮੋਹ ਸਿੰਧੂ ਸਾਹਿਬ ਤੁਹਾਨੂੰ ਸਲਾਮ ਕਹਿ ਰਹੇ ਨੇ ਪਹਿਲੇ ਤੇ
ਅੱਛਾ ਤੇ ਆਪਣਾ ਨੇਕ ਭਾਈ ਆਪਣੇ ਕਬੂਤਰ ਦਾ ਦੱਸੋ ਕੀ ਮਸਲ ਸ਼ੋਅ ਕਰਾਓ ਨਾਲੇ ਤੇ ਨਾਲੇ ਆਪਣਾ ਜਿਹੜਾ ਛੱਤ ਦੇ ਜਿਹੜਾ ਕਬੂਤਰ ਉੜਦੇ ਨੇ ਤੇ ਆਪਣਾ ਜਿਹੜਾ ਹੈਗਾ ਵੇ ਯਾਰ ਕੱਢੇ ਉਹ ਵੀ ਸੱਤ ਬਾਹਰ ਕੱਢ ਦੇ ਨਹੀਂ ਨਹੀਂ ਸਾਰੇ ਠੀਕ ਨੇ ਫੜੀ ਲਿਆ ਇਹ ਫੜ ਫੁਸਰਾ ਫੜ ਤੇ ਉਸਤਾਦ ਹਾਜੀ ਮਤਲਬ ਲਤੀਫ ਹਮਾਯੂ ਦੇ ਬਾਰੇ ਚ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਮੇਰੇ ਬਜ਼ੁਰਗ ਨੇ ਜੀ ਜੀ ਤੇ ਮੈਂ ਇਨਸ਼ਾਅੱਲਾ ਉਹਨਾਂ ਦੀ ਜ਼ੇਰੇ ਸਰਪ੍ਰਸਤੀ ਸ਼ੋਅ ਕਰਨਾ ਵਾ ਹਾਂਜੀ ਤੇ ਕਬੂਤਰ ਵੀ ਮੇਰੇ ਮਾਸ਼ਾਅੱਲਾ ਹਾਜੀ ਤਾਵਲਾ ਦੀ ਬਹੁਤ ਮਿਹਨਤ ਹੈ ਜੀ ਜੀ ਮੇਰੇ ਕਬੂਤਰ ਜੇ ਉਹਦਾ ਹੱਥ ਉੱਤੇ ਸਮਝ ਲਓ ਜੋ ਜੋ ਕਾਲੀ ਕਰਨਾ ਜੋ ਕਰਨਾ ਜੋ ਛਾਤੇ ਮਸਨ ਕਾਲੀ ਦਿੱਤਾ ਨੇ ਉਹ ਹਾਜੀ ਤਾਵਲਾ ਦੇ ਠੀਕ ਹੋ ਗਿਆ ਠੀਕ ਹੋ ਗਿਆ ਭਾਈ ਸਾਹਿਬ ਮੇਰੇ ਬਜ਼ੁਰਗ ਨੇ ਇਨਸ਼ਾਅੱਲਾ ਸੀ ਉਹਨਾਂ ਦੀ ਬਿਲਕੁਲ ਜੀ ਬਿਲਕੁਲ ਇੱਕ ਬੜੇ ਵੱਡੇ ਸੀਨੀਅਰ ਉਸਤਾਦ ਨੇ ਉਹ ਮਾਸ਼ਾਅੱਲਾ ਹਾਜੀ ਲਤੀਫ ਮਾਈ ਸਾਹਿਬ 30 ਸਾਲ ਤੋਂ ਸਾਡਾ ਉਹਨਾਂ ਦਾ ਤਲਕ ਆਉਂਦੇ ਆ ਜੀ ਜੀ ਸਹੀ 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 ਤੇ ਇਹ ਕਬੂਤਰ ਜੀ ਇਹ ਟੈਡੀ ਕਬੂਤਰ ਹੈ ਮੇਰਾ ਦੋਸਤ ਚੋਰੀ ਨੱਕੀ ਗੁੱਜਰ ਜੀ ਜੀ ਇਹ ਉਹਦੇ ਘਰ ਦਾ ਥੋੜਾ ਆਪਣੇ ਕੋਲ ਅੰਦਰ ਕਰਕੇ ਹਾਂਜੀ 6 ਤਵਾਰੀ ਹਾਂ ਹਾਂ ਚੰਗਾ ਕਬੂਤਰ ਬੈਠਾ 7 ਦੇ ਗੇਟ ਤੇ ਸਹੀ ਠੀਕ ਹੋ ਗਿਆ ਜ਼ਰਾ ਸ਼ੋਕ ਦਾ ਜ਼ਰਾ ਅੱਖਰੀ ਜਗ ਦਿਖਾ ਚੋਰੀ ਨੱਕੀ ਗੁੱਜਰ ਦੇ ਘਰ ਦਾ ਕਬੂਤਰ ਜੀ ਚੋਰੀ ਨੱਕੀ ਗੁੱਜਰ ਹਾਂਡੂ ਪਿੰਡ ਦਾ ਜੀ ਮੇਰਾ ਦੋਸਤ ਹੈ ਬੜਾ ਜੀ ਸਹੀ ਉਹਦੇ ਘਰੋਂ ਬੱਚਾ ਮੈਂ ਦੇ ਵੱਡਾ 10 ਨੰਬਰ ਕਬੂਤਰ ਹੈ ਜੀ ਹਾਜੀ ਤਾਵਲਾ ਹਮਾਯੂ ਮਲਕ ਲਤੀਫ ਹਰੀ ਉਹਨਾਂ ਦੇ ਘਰ ਦਾ ਜੀ ਇਹ ਅੱਛਾ ਜੀ ਹਾਜੀ ਸਾਹਿਬ ਦੇ ਘਰ ਦਾ ਹਾਂਜੀ ਗੇਟ ਵੀ ਚੰਗਾ ਪਿਛਲੇ 3-4 ਸਾਲ ਤੋਂ ਮੇਰੇ ਕੋਲ 5 ਸਾਲ ਤੋਂ ਜੀ ਤਕਰੀਬਨ ਜੂ ਮੈਂ ਛੱਤ ਬਣਾਈ ਨਾ ਇਹ ਉਹਦੇ ਕਬੂਤਰ ਉੱਡਣ ਡਿਆ ਉਹਦਾ ਮੇਰੇ ਕੋਲ ਸਹੀ ਤੁਹਾਡੇ ਕੋਲ ਉਹਦਾ ਮਸਲ ਤੁਸੀਂ ਉਡਾ ਦੇ ਉਹਨੂੰ ਹਾਂਜੀ ਸ਼ਾਮ ਤੱਕ ਨੇਰਿਆਂ ਤੱਕ ਵੀ ਬੈਠਾ 4-5 ਤੱਕ ਹੁਣ ਵੀ 6 ਤਵਾਰ ਤੋਂ 6 ਹੀ ਹੈ ਇਹ ਵੀ ਪਿਆ ਵਿੱਚ ਬਾਜ਼ੀਆਂ 'ਚ ਹਾਜੀ ਤਾਵਲਾ ਦੇ ਘਰ ਦੇ ਸਹੀ ਹੋ ਗਿਆ ਅੱਛਾ ਤੇ ਆਪਣਾ ਨੇਕ ਭਾਈ ਤੁਸੀਂ ਚੇਤਰ ਦੇ ਵਿੱਚ ਵੀ ਮਾਸ਼ਾਅੱਲਾ ਤੁਹਾਡੀ ਕਾਫੀ ਕੱਪਾਂ ਦੇ ਵਿੱਚ ਮੇਰੇ ਖਿਆਲ ਨਾਲ ਪੋਜੀਸ਼ਨ ਹੈਗੀਆਂ ਨੇ ਤੇ ਵਿਸਾਖ ਦੇ ਵਿੱਚ ਵੀ ਕੱਪਾਂ ਦੇ ਵਿੱਚ ਹੈਗੀਆਂ ਨੇ ਵਿਸਾਖ ਦੇ ਵਿੱਚ ਵੀ ਆਇਆ ਹੁਣ ਵੀ ਪੋਜੀਸ਼ਨ ਹੈ ਤੇ ਸ਼ੇਰਾਂ ਦੇ ਦੰਗਲ 'ਚ ਵੀ ਪਹਿਲੇ ਵੀ ਜਿਹੜਾ ਕੱਪ ਦੋ ਤਵਾਰਾਂ ਤੋਂ ਉੱਡਿਆ ਹੁੰਦਾ ਜੀ ਪੋਜੀਸ਼ਨ ਹੈ ਹਾਂਜੀ ਤੇ ਕੱਲ੍ਹ ਜਿਹੜਾ ਆਖਰੀ ਤਵਾਰ ਦਾ ਕੱਲ੍ਹ ਉੱਡਿਆ ਹੁੰਦਾ ਜੀ ਪੰਜਵੀਂ ਪੋਜੀਸ਼ਨ ਹੈ ਆਪਣੀ ਪੰਜਵੀਂ ਪੋਜੀਸ਼ਨ ਉਹਦੇ 'ਚ ਵੀ ਸਹੀ ਹੋ ਗਿਆ ਤੇ ਚੇਤਰ ਦੇ ਵਿੱਚ ਵੀ ਚੇਤਰ 'ਚ ਵੀ ਚੇਤਰ ਦੇ ਵਿੱਚ ਸਾਦ ਲਿਆਸ ਪੈਪ ਵਾਲਿਆਂ ਨੂੰ ਛਿੱਕਾ ਹੀ ਮਾਰਤਾ ਅਜ਼ਰ ਕਰਾਬ ਵਾਲਿਆਂ ਨੂੰ ਚੌਕਾ ਮਾਰਤਾ ਭੱਟੋ ਵਾਨ ਢਹਿਲ ਉਹਨੂੰ 5 ਤੇ ਕੈਸਰ ਲੱਸੀ ਨੂੰ ਵੀ ਛਿੱਕਾ ਲਹੌਰੀ ਗੁਜਰ ਆਇਆ ਵੇ ਚੇਅਰਮੈਨ ਪਾਰਟੀ ਦਾ ਉਹਨੂੰ ਵੀ 5 ਸਹੀ ਤੇ ਮਾਸ਼ਾਅੱਲਾ ਇਸ ਤਰ੍ਹਾਂ ਹੀ ਹੋਰ ਕਾਫੀ ਦੋਸਤ ਨੇ ਜਿਹਨਾਂ ਨੂੰ ਲਾਗੇ ਲਾਗੇ ਨੇ ਜੀ ਜੀ ਹਾਂਜੀ ਦੋ ਇਹ ਮੇਰੇ ਪਿੰਡ ਸਾਈਆਂ ਦੀਆਂ ਛੱਤਾਂ ਨੇ ਅੱਛਾ ਅੱਛਾ ਮੇਰੇ ਉਹ ਤੇ ਪੁਰਾਣੇ ਰੀਫ ਨੇ ਉਹ ਜੀ ਜੀ ਤੇ ਨਦੀਮ ਸੰਗਣਾ ਵਾਲਾ ਹੈ ਹਾਂ ਹਾਂਜੀ ਸਹੀ ਬਹਰਾਲ ਮੇਰੇ ਭਾਈ ਨੇ ਭਰਾ ਨੇ ਜਿਨ੍ਹਾਂ ਨਾਲ ਮੇਰਾ ਸ਼ੌਕ ਹੈ ਬਿਲਕੁਲ ਬਿਲਕੁਲ ਤੇ ਬਾਕੀ ਇਹ ਸ਼ੌਕ ਅਸੀਂ ਸ਼ੌਕ ਦੀ ਹੱਥਾਂ ਕਰੀ ਅਸੀਂ ਸ਼ੌਕ ਹੀ ਬਿਲਕੁਲ ਸ਼ੌਕ ਹੋਣਾ ਚਾਹੀਦਾ ਪਿਆਰ ਮੁਹੱਬਤ ਨਾਲ ਹੀ ਹਾਂਜੀ ਲਤੀਫ ਹਮਾਯੂ ਦੇ ਜੱਗੇ ਕਬੂਤਰ ਨੇ ਜੱਗਾ ਕਬੂਤਰ ਜੱਗੇ ਕਬੂਤਰ ਉਹਨਾਂ ਦੀ ਪੱਠੀ ਹੈ ਹਾਂਜੀ ਸਹੀ ਜੱਗਾ ਕਬੂਤਰ ਉਹਨਾਂ ਦਾ ਤਕਰੀਬਨ ਇਸ਼ਤਿਹਾਰਾਂ ਦੇ ਵੀ ਆਉਂਦਾ ਰਿਹਾ ਅੱਛਾ ਉਹਨਾਂ ਦੀ ਪੱਠੀ ਬੱਚਾ ਸੀ ਹਾਂਜੀ ਪੱਠੀ ਉਹਨਾਂ ਦੇ ਘਰ ਦੀ ਇਹ ਬੈਠੀ ਹੈ ਚਾਰ ਤਵਾਰ ਤੇ ਐਂਡ ਤੇ ਬੈਠੀ ਨਾ 7 ਤੋਂ ਪਾਰ ਹੀ ਪਿੰਦਰੀ ਤੇ ਕੱਲ੍ਹ ਵੀ ਇਹ ਮਾਸ਼ਾਅੱਲਾ 3:01 ਤੇ ਬੈਠੀ ਸਹੀ ਜ਼ਬਰਦਸਤ ਮਾਸ਼ਾਅੱਲਾ ਇਹਨੇ ਇਹਨੂੰ ਅਸੀਂ ਪਾਣ ਵਾਲੀ ਦਾ ਨਾਂ ਪਾਇਆ ਹੈ ਕੀ ਪਾਣ ਵਾਲੀ ਸਹੀ ਜ਼ਬਰਦਸਤ ਹੋ ਗਿਆ ਜੀ ਉਸਤਾਦ ਮਲਕ ਨੇਕ ਅਵਾਨ ਕੀ ਛਦਕਾ ਜੀ ਇਹ ਵਿਊ ਮੈਂ ਆਪਕੋ ਦਿਖਾ ਰਹਾ ਹੂੰ ਅਸਦ ਅਲੀ ਭਾਈ ਜੀ ਬਹੁਤ ਸ਼ੁਕਰੀਆ ਜੀ ਆਪਕਾ ਉਸਤਾਦ ਜੀ ਇਹ ਭਾਈ ਉਹਨਾਂ ਦਾ ਨਾਮ ਦੱਸਿਓ ਜੀ ਇਹਦਾ ਨਾਮ ਸਲੀਮ ਹੈ ਸਲੀਮ ਭਾਈ ਸਾਡੇ ਕੋਲ ਸ਼ੌਕ ਕਰਨ ਵਾਲਾ ਸਹੀ ਭਾਈ ਦਾ ਨਹੀਂ
ਉਸਤਾਦ ਨਈਮ ਤੇ ਦਾ ਸਾਰਾ ਹੀ ਰਹਿਮਤ ਅਲੀ ਭਾਈ ਇਹਨਾਂ ਦਾ ਟੀਪੂ ਦਾ ਤੇ ਨਈਮ ਦਾ ਇਹਨਾਂ ਦਾ ਹੀ ਸਾਰਾ ਇਹਨਾਂ ਦੀ ਮਿਹਨਤ ਸਾਰੀ ਮਸਲਾ ਇਹੀ ਛਾਤੇ ਦਾ ਤਾਂ ਹੁੰਦਾ ਇਹ ਹੀ ਹਾਂ ਸਹੀ ਮੈਂ ਤੁਸੀਂ ਤਾਂ ਆਪਣੇ ਕੰਮ ਦੇ ਵਿੱਚ ਲੱਗੇ ਰਹਿੰਦੇ ਆਪਣਾ ਜਿਹੜਾ ਕਰਨ ਵਾਲਾ ਵਾ ਠੀਕ ਬਾਕੀ ਮਿਹਨਤ ਸਾਰੀ ਟੀਪੂ ਤੇ ਨਈਮ ਦੀ ਇਹਨਾਂ ਦੋਵਾਂ ਦੀ ਆਇਓ ਟੀਪੂ ਭਾਈ ਤੇ ਨਈਮ ਭਾਈ ਤੁਸੀਂ ਵੀ ਅੱਗੇ ਆਜੋ ਇਹ ਹਾਜੀ ਤਾਵਲਾ ਦਾ ਸ਼ਕੀਰਤ ਨੇ ਜੀ ਹਾਂ ਟੀਪੂ ਭਾਈ ਕੀ ਹਾਲ ਹੈ ਠੀਕ ਜੇ ਪਹਿਲੇ ਤਾਂ ਨਹੀਂ ਮੇਰੇ ਰੋਜ਼ਾਨਾ ਦੀ ਸੁਣਾ ਹੋਵੇ ਸਹੀ ਜਾ ਰਹੇ ਸਾਰੇ ਜਾ ਰਹੇ ਚਲੋ ਜੀ ਮਾਸ਼ਾਅੱਲਾ ਜੀ ਲਾਪਾ ਖੈਰ ਕਰੇ ਅੱਛਾ ਟੀਪੂ ਭਾਈ ਕੀ ਕਹਿਣਾ ਚਾਹੋਗੇ ਤੁਸੀਂ ਕੁਛ ਭਾਈ ਜੀ ਨਾਲ ਦਾ ਮੈਂ ਸਾਡੇ ਨਾਲ ਦਾ ਸਾਨੂੰ ਫਲ ਦਿੱਤਾ ਮੈਂ ਨਾਲ ਦਾ ਹਾਂ ਭਾਈ ਸਾਹਿਬ ਦੀਆਂ ਦੁਆਵਾਂ ਦੇ ਨਾਲ ਇਨਸ਼ਾਅੱਲਾ ਹੀ ਜੀ ਜੀ ਕਈਆਂ ਛਿੱਕਾ ਮਾਰਿਆ ਕਈਆਂ ਨੂੰ ਚੌਕਾ ਮਾਰਤਾ ਕਈਆਂ ਨੂੰ ਪਾਂਝਾ ਲਾਤਾ ਹਾਂ ਇਨਸ਼ਾਅੱਲਾ ਪਰ ਕੋਈ ਅੱਗੋਂ ਵੀ ਇਸ ਤਰ੍ਹਾਂ ਹੀ ਹੋਏਗਾ ਸਹੀ ਹੋ ਗਿਆ ਠੀਕ ਹੋ ਗਿਆ ਤੇ ਔਰ ਕੋਈ ਕਬੂਤਰ ਭਰਾਵਾਂ ਨੂੰ ਕੋਈ ਅੱਛਾ ਜਿਹਾ ਕੋਈ ਪੈਗਾਮ ਦੇਣਾ ਚਾਹੋ ਕੋਈ ਨਸੀਹਤ ਕਰਨੀ ਚਾਹੋ ਬਸ ਇਹੋ ਹੀ ਸ਼ੌਕ ਦੀ ਹੱਦ ਤੱਕ ਰਹਿਣ ਸਾਰੇ ਵੀਰ ਦੇ ਸ਼ੌਕ ਕਰਨ ਸ਼ੌਕ ਹੀ ਹੋਣਾ ਚਾਹੀਦਾ ਪਿਆਰ ਨਾਲ ਬਿਲਕੁਲ ਬਿਲਕੁਲ ਜੀ ਬਿਲਕੁਲ ਇਸੇ ਤਰ੍ਹਾਂ ਹੀ ਇਹੋ ਹੀ ਸਾਡੀ ਦਰਸ ਦੇਖ ਭਾਈ ਸਹੀ ਨਹੀਂ ਬਾਈ ਆ ਜਾਓ ਤੁਸੀਂ ਅਬਦੁਲ ਮਾਜਿਦ ਖਾਨ ਭਾਈ ਜੀ ਕੱਲ੍ਹ ਜਿਹੜਾ ਹੈਗਾ ਵੇ ਆਪਣਾ ਬਾਬਰ ਭਾਈ ਹੈ ਜੋ ਸਾ ਟਰਕੋਂ ਵਾਲੇ ਉਹ ਜਿੱਤੇ ਆ ਸ਼ੇਰਾਂ ਦਾ ਦੰਗਲ ਜੋ ਸਾ ਕੱਪ ਹੈ ਨਾ ਉਹ ਜੀ ਨਹੀਂ ਬਾਈ ਕੀ ਹਾਲ ਹੈ ਠੀਕ ਜੀ ਸ਼ੁਕਰ ਅੱਲਾ ਦੀ ਦਾਤ ਦਾ ਕੀ ਨਾਰਾਜ਼ ਨਾਰਾਜ਼ ਜੇ ਥੋੜ੍ਹਾ ਜਿਹਾ ਸਾਡੇ ਤੋਂ ਦੂਰ ਦੂਰ ਜਿਹੇ ਹੁੰਦੇ ਜੇ ਅੱਛਾ ਸੁੱਤੇ ਪਏ ਉੱਠ ਕੇ ਆਏ ਜੇ ਅੱਛਾ ਅੱਛਾ ਸਹੀ ਸਹੀ ਅੱਛਾ ਨਹੀਂ ਬਾਈ ਆਪਣੇ ਤੇ ਪਹਿਲੇ ਤੇ ਆਪਣੇ ਉਸਤਾਦ ਨੂੰ ਮੁਬਾਰਕਬਾਦ ਦੇਣਾ ਚਾਹੋਗੇ ਕਿ ਨਹੀਂ ਸਹੀ ਹਾਂ ਮਸਾਂ ਤੁਸੀਂ ਕਹਿਣਾ ਚਾਹਦੇ ਹੋ ਕਿ ਹਾਜ ਸਾਹਿਬ ਤੇ ਮਤਲਬ ਨੇਕਵਾਨ ਸਾਹਿਬ ਬੜੀ ਮਿਹਨਤ ਕਰਦੇ ਨੇ ਸਾਥ ਤੇ ਸਹੀ ਹੋ ਗਿਆ ਤੇ ਆਪਣਾ ਸਰ ਤੁਸੀਂ ਕੁਛ ਕਹਿਣਾ ਚਾਹੋਗੇ ਮੈਂ ਤੇ ਭਾਈਆਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਨੇਕ ਨੂੰ ਹਾਂ ਸਹੀ ਅੱਗੇ ਵੀ ਸ਼ੌਕ ਜਿਹੜਾ ਅੱਜ ਪਿਆਰ ਮੁਹੱਬਤ ਦੇ ਨਾਲ ਸਾਰੇ ਪਾਸੇ ਤੇ ਤੰਦਰੁਸਤ ਜੀ ਜੀ ਬਿਲਕੁਲ 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 ਜੀ ਬਿਲਕੁਲ ਬਹੁਤ ਸ਼ੁਕਰੀਆ ਜੀ ਜੀ ਬਾਕੀ ਆਪ ਕਬੂਤਰਾਂ ਦਾ ਸ਼ੌਕ ਕਰਵਾਤਾ ਹੂੰ ਮੈਂ ਇਨਕੇ ਜੀ ਕਾਸ਼ਿਫ ਅਲੀ ਭਾਈ ਮੇਰੇ ਖਿਆਲ ਸੇ ਭਾਈ ਨੇ ਰੋਜ਼ਾ ਨਹੀਂ ਰੱਖਾ ਹੁੰਦਾ ਤਾਂ ਇਸ ਲਈ ਸਿਗਰਟ ਪੀ ਰਹੇ ਹਾਂਜੀ ਹਾਂਜੀ ਜੀ ਇਹ ਭਾਈ ਲਾਹੌਰ ਮੈਂ ਛੱਤ ਹੈ ਜੀ ਹਰਬੰਸਪੁਰਾ ਗਵਾਲਾ ਕਲੋਨੀ ਹੈ ਵਹਾਂ ਪੇ ਕੋਟਲੀ ਘਾਸੀ ਜ਼ਿਆਦਾਤਰ ਇੱਥੋਂ ਗਵਾਲਾ ਕਲੋਨੀ ਤੋਂ ਹੀ ਪਛਾਣਦੇ ਹਾਂ ਲੋਕ ਹਾਂਜੀ ਹਰਬੰਸਪੁਰਾ ਗਵਾਲਾ ਕਲੋਨੀ ਹਾਂ ਬਹੁਤ ਪੁਰਾਣੀ ਛੱਤ ਆਪਣੀ ਤਾਂ ਉਹ ਕੁਛ ਹੁੰਦੇ ਨਾ ਆਪਣੇ ਭਾਈ ਕੁਛ ਨਵੇਂ ਵੀ ਹੁੰਦੇ ਨੇ ਵਿੱਚ ਨਵੇਂ ਸ਼ੌਕੀਨ ਹਾਲਾਤ ਹੁੰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਬਿਲਕੁਲ ਜੀ ਬਿਲਕੁਲ ਮਲਕ ਵਾਜਿਦ ਭਾਈ ਬੜੇ ਜ਼ਰਾ ਜ਼ਬਰਦਸਤ ਸਾਡੇ ਭਰਾ ਨੇ ਅੱਛਾ ਸਹੀ 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 ਪਿੱਛੇ ਦਿਨਾਂ 'ਚ ਮਲਕ ਵਾਜਿਦ ਦਾ ਇੱਕ ਗੁਲਬਰਗ 'ਚ ਸ਼ਗਿਰਦ ਹੈ ਡਾਕਟਰ ਦਾ ਅਜ਼ਰ ਨਾਮ ਹੀ ਹੈ ਮੇਰੇ ਖਿਆਲ ਗੁਲਬਰਗ ਵਾਲਾ ਹਾਂ ਬਿਲਕੁਲ ਜੀ ਬਿਲਕੁਲ ਉਹ ਨਾਲੇ ਮੁਹੱਬਤ ਵਾਲੇ ਬੜੇ ਅੱਛੇ ਬੰਦੇ ਨੇ ਮਲਕ ਵਾਜਿਦ ਵਾਲੇ ਨੇ ਬੜੇ ਅੱਛੇ ਭਰਾ ਨੇ ਸਾਡੇ ਪਾਰਟੀ ਦੇ ਸਾਥ ਚੱਲਣਾ ਚਾਹੀਦਾ ਬਿਲਕੁਲ 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 ਨਾ ਹੀ ਪਾਰਟੀਆਂ ਦੇਂਦੇ ਹੁੰਦੇ ਨੇ ਹਾਂ ਸਾਡੀ ਪਾਰਟੀ ਨੇ ਇਸ ਟਾਈਮ ਲਾਹੌਰ ਦੇ ਵਿੱਚ ਇਨਸ਼ਾਅੱਲਾ ਰਕਾਂ ਕੱਪ ਖੜੇ ਨੇ ਸ਼ਹੀਦ ਗੁਜਰ ਦੀ ਛੱਤ ਤੋਂ ਹਾਂ ਸਾਰੇ ਕਾਪੀ ਹੀ ਲਾਹੌਰ ਦੇ ਬਿਲਕੁਲ ਬਿਲਕੁਲ ਸ਼ਹੀਦ ਗੁਜਰ ਨੇ ਬੜਾ ਅੱਛਾ ਪਰਫਾਰਮੈਂਸ ਦਿੱਤਾ ਉਹਨਾਂ ਨੇ ਹਾਈ ਸਾਹਿਬ ਦੀ ਉਹ ਦੇਰੇ ਪਰਸੇ ਛੱਤ ਉੜਦੀ ਹੋਈ ਬਿਲਕੁਲ 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 ਗੁਜਰ ਵੀ ਕੱਲ ਵੀ 7 ਵਜੇ ਗਏ ਤੇ ਮੈਂ ਬੈਠਾ ਕਤੀਆਂ ਦੇ ਸ਼ਹੀਦ ਗੁਜਰ 7 ਬੱਤੀਆਂ ਦੇ ਬੈਠਾ ਹੈ ਸਹੀ 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 ਠੀਕ ਹੋ ਗਿਆ ਤੇ ਆਪਣਾ ਆਖਰੀ ਕਬੂਤਰ ਕਿੰਨੇ ਵਜੇ ਬੈਠਾ ਸੀ ਆਪਣਾ ਕੱਲ ਪਹਿਲਾ ਕਬੂਤਰ ਬੈਠਾ 7 ਮਿੰਟ ਘੱਟ 1 ਵਜੇ ਤੇ 5 ਵਜੇ ਸੱਤੇ ਪੂਰੇ ਹੋ ਗਏ ਜੀ
टीपू भाई दस दे पे सी मैं चार पैंतिया चार बारह मैं टीपू नूं फोन किया मैं छेड़ लाके दे बिठा दो कबूतर बिठाओ क्योंकि सारे जितवर बह गए बिठाओ कबूतर कबूतर आपने कहां रखे पढ़ते भी होगा नहीं स्कूल जाता है कौन सी क्लास में पढ़ता फाइव में पढ़ाई भी करनी है साथ शौक करना है ना तो पढ़ाई भी करनी है जरूरी है सही है ना अच्छा नेक भाई तुसी 2017 च मेरे ख्याल चैंपियन बने सी बिसाख हुए सी चौथी बाजी लख आला कप सी नजाब हैदर ओंदे जे भी चोरी आले जे भी साडी आखरी दिन दी बेस्ट सारे दिन दी परवाह सी चौथी बाजी दी कुछ कहना चाहोगे हाजी साहब नु कुछ कहना चाहते हाजी साहब दसो आयो सामने खलो जरा सारे मुबारक देने अपने
ਬਿਲਕੁਲ ਬਿਲਕੁਲ ਉਹਨਾਂ ਦੀ ਮਿਹਨਤ ਰੰਗ ਲਏ ਆ ਜੀ ਹਾਂ ਬਹੁਤ ਮਿਹਨਤ ਕੀਤੀ ਉਹਨਾਂ ਨੇ ਉਹਨਾਂ ਦੀ ਮਿਹਨਤ ਜਿਹੜੀ ਅੱਲਾ ਨਹੀਂ ਇਹ ਤਾਂ ਚਲੋ ਠੀਕ ਹੋ ਗਿਆ ਕਿ ਮਿਹਨਤ ਉਹਨਾਂ ਨੇ ਕੀਤੀ ਹੈ ਮੈਂ ਕਹਿੰਦਾ ਕਿ ਤੁਸੀਂ ਹੁਣ ਹਾਜੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਜੀ ਹਾਜੀ ਸਾਹਿਬ ਤੁਹਾਨੂੰ ਦੇਖਣ ਦੇ ਨੇ ਹਾਜੀ ਸਾਹਿਬ ਕਹਿੰਦੇ ਨੇ ਸਾਡੇ ਭਰਾ ਨੇ ਵੇਖਣ ਦੇ ਨੇ ਤਾਂ ਮੈਂ ਉਹੀ ਕਹਿੰਦਾ ਹਾਜੀ ਸਾਹਿਬ ਨੂੰ ਕੀ ਕਹਿਣਾ ਹਾਜੀ ਸਾਹਿਬ ਸੁਣ ਲੈ ਅਤਾਉਲਾ ਭਾਈ ਹਾਜੀ ਸਾਹਿਬ ਨੂੰ ਮੁਬਾਰਕ ਦੇਣਾ ਹੈ ਇਨਸ਼ਾਅੱਲਾ ਜੀ ਹਾਂ ਤੇ ਤੁਹਾਡੀ ਮਿਹਨਤ ਨਾਲ ਹੀ ਸਾਰੇ ਲਾਹੌਰ ਨੂੰ ਜਿੱਤ ਲਿਆ ਹੈ ਜੀ ਜੀ ਜਿਹਨਾਂ ਨਾਲ ਸਾਡਾ ਸ਼ੌਕ ਸੀ ਹਾਂ ਤੇ ਇਨਸ਼ਾਅੱਲਾ ਅੱਲਾ ਦੇ ਕਰਮ ਨਾਲ ਗਾਹ ਵੀ ਇਨਸ਼ਾਅੱਲਾ ਅਸੀਂ ਸਾਡਾ ਭਰਾ ਹੈ ਇਹਦੇ ਤਾਂ ਨਾਲ ਜਿੱਤ ਰਵਾਂਗੇ ਜੀ 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 ਸਮਾਨ ਦੇਣਾ ਕਬੂਤਰ ਚਾਲੂ ਹੋ ਜਾਣੇ ਪਾਣੀ ਦਾਣਾ ਪਾਣੀ ਸਹੀ ਹੋ ਗਿਆ ਨਹੀਂ ਗੱਲ ਸਮਝ ਆਉਣੀ ਫੋਨ ਤੇ ਪੁੱਛ ਰਹੀ ਸਾਹਿਬ ਇਹਨੂੰ ਕੀ ਕਰ ਲਈਏ ਆਪਣਾ ਹਾਜੀ ਜਿਹੜੇ ਆਪਣਾ ਲਤੀਫ ਹਮਾਯੂ ਸਾਹਿਬ ਨੇ ਜਿਹੜੇ ਮਾਸ਼ਾਅੱਲਾ ਸੀਨੀਅਰ ਉਸਤਾਦ ਨੇ ਉਹ ਇੱਕ ਜਿੱਤਣਾ ਜਾਂ ਨਾ ਜਿੱਤਣਾ ਇੱਕ ਲੈਣਾ ਗੱਲ ਉਹ ਜੋ ਇੱਜ਼ਤ ਇੱਕ ਰੁਤਬਾ ਅੱਲਾ ਨੇ ਉਹਨਾਂ ਨੂੰ ਦਿੱਤਾ ਨਾ ਉਹ ਬਹੁਤ ਹੀ ਘੱਟ ਲੋਕਾਂ ਨੂੰ ਮਿਲਦਾ ਉਹ ਤੋਂ ਇੱਕ ਸੀਨੀਅਰ ਉਸਤਾਦ ਨੇ ਉਹ ਠੀਕ ਹੈ ਇੱਕ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਤੁਸੀਂ ਛੱਤ ਉੱਠਦੀ ਹੈ ਕਿ ਇੱਕ ਨਹੀਂ ਕਈ ਛੱਤਾਂ ਨੇ ਲੋਹੋ ਬਾਹਰ ਵੀ ਨੇ ਸ਼ਦਰੇ ਤੋਂ ਅਸੀਂ ਬਾਹਰ ਨਿਕਲਦੇ ਆ ਮੈਂ ਕਈ ਜਗ੍ਹਾ ਤੇ ਗਿਆ ਵਾਂ ਹਾਂਜੀ ਭਾਈ ਸਾਹਿਬ ਦਾ ਸਮਾਨ ਹੈ ਸਾਹਿਬ ਦਾ ਬਾਹਰੋਂ ਵੀ ਇੱਕ ਦੋ ਐ ਹੁਣ ਜਾਣਾ ਹੀ ਸਮਾਨ ਬਾਹਰ ਜੀ ਜੀ ਉਹ ਵਾਇਰਸ ਦੀ ਵਜ੍ਹਾ ਨਾਲ ਨਾ ਭਾਈ ਸਾਹਿਬ ਦਾ ਬੜਾ ਜੀ ਅੱਲਾਹ ਤਾਲਾ ਨੇ ਬੜੀ ਇੱਜ਼ਤ ਦਿੱਤੀ ਬਿਲਕੁਲ 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 ਮਕਾਮ ਹੈ ਸਾਹਿਬ ਦਾ ਐਸੇ ਹੀ ਐਸੇ ਹੀ ਬਜ਼ੁਰਗ ਨੇ ਅਸੀਂ ਤੇ ਸਿੱਧੀ ਗੱਲ ਅਸੀਂ ਆਪਣੇ ਬਾਪ ਦੀ ਜਿੰਨੀ ਇੱਜ਼ਤ ਕਰਨੇ ਉਨੀ ਹੀ ਹਾਜੀ ਆਰਾਮ ਦੇਵੇ ਜੀ ਤੇ ਅੱਲਾ ਪਾਕ ਜਿਹੜਾ ਹੈ ਉਹਨਾਂ ਦੇ ਦਰਜਾਤ ਬੁਲੰਦ ਫਰਮਾਏ ਇੱਕ ਇਹ ਵੀ ਬੜੀ ਵੱਡੀ ਇਹ ਵੀ ਨੇਕੀ ਜੇ ਹੁੰਦੀ ਜੇ ਕਿ ਇੱਕ ਇਨਸਾਨ ਗੁਜ਼ਰ ਜਾਵੇ ਨਾ ਤੇ ਉਹਦਾ ਪਿੱਛੇ ਨਾਮ ਉਹਦਾ ਜ਼ਿਕਰ ਕੀਤਾ ਜਾਵੇ ਉਹ ਵੀ ਚੰਗੇ ਅਲਫਾਜ਼ਾਂ 'ਚ ਤੇ ਉਹ ਵੀ ਉਹਦੀ ਬਖਸ਼ਿਸ਼ ਹੀ ਹੁੰਦੀ ਜੇ ਬਿਲਕੁਲ 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 ਆਉਂਦੇ ਸਾਲ ਹੀ ਤੁਸੀਂ ਮੈਨੂੰ ਪਹਿਲੇ ਇਹੀ ਗੱਲ ਕੀਤੀ ਹੈ ਕਿ ਜੀ ਤੁਹਾਨੂੰ ਸ਼ਾਹ ਜੀ ਦੀ ਤਸਵੀਰ ਮਿਲ ਗਈ ਜੇ ਬਿਲਕੁਲ ਅੱਛਾ ਬਿਲਕੁਲ ਜੀ ਬਿਲਕੁਲ ਉਹ ਇੱਕ ਮਾਸ਼ਾਅੱਲਾ ਉਹ ਵੀ ਬੜੇ ਵੱਡੇ ਉਸਤਾਦ ਨੇ ਉਹ ਵੀ ਬਿਲਕੁਲ 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 ਉਤਾਰ ਚੜਾਅ ਹੁੰਦੇ ਨੇ ਤੇ ਅੱਲਾ ਪਾਕ ਜਿਹੜਾ ਕਹਿੰਦਾ ਸਭ ਨੂੰ ਨਾ ਇੱਕ ਜੁੱਟ ਰੱਖੇ ਤੇ ਪਿਆਰ ਮੁਹੱਬਤ ਨਾਲ ਰੱਖੇ ਇਖਲਾਫਾਤ ਨਾਲ ਲੈ ਕੇ ਆਣ ਆਮੀਨ ਆਮੀਨ ਬਿਲਕੁਲ ਜੀ ਬਿਲਕੁਲ ਅੱਲਾ ਪਾਕ ਸਾਨੂੰ ਬਿਮਾਰੀ ਤੋਂ ਬਚਾਵੇ ਤੇ ਸਾਨੂੰ ਜਿੰਨੇ ਵੀ ਸਾਡੇ ਗੁਨਾਹਾਂ ਤੋਂ ਸਾਨੂੰ ਮਾਫ਼ ਕਰੇ ਅੱਲਾ ਪਾਕ ਹਰ ਮੁਸਲਮਾਨ ਨੂੰ ਬਚਾਵੇ ਅੱਲਾ ਨੇ ਰਮਜ਼ਾਨ ਦੇ ਵਿੱਚ ਸ਼ੌਕ ਆਇਆ ਤੇ ਉਹ ਵੇਖੋ ਅੱਛਾ ਹੋ ਗਿਆ ਕੋਈ ਲਾਲਾ ਲਾਲਾ ਨਹੀਂ ਬਿਲਕੁਲ ਬਿਲਕੁਲ ਅੱਛਾ ਹਾਜੀ ਅਤਾਉਲਾ ਭਾਈ ਤੁਹਾਨੂੰ ਸਾਰਿਆਂ ਨੂੰ ਸਲਾਮ ਕਹਿ ਦਿੰਦੇ ਜੀ ਅੱਜ ਸਾਹਿਬ ਸਭ ਕੀ ਤਰ੍ਹਾਂ ਸਲਾਮ ਆਪ ਕੋ ਆ ਗਿਆ ਅੱਛਾ ਅੱਜ ਸਾਹਿਬ ਆਪਣਾ ਨੇਕ ਸਾਹਿਬ ਆਪਣਾ ਜਿਹੜਾ ਤੁਹਾਡਾ ਚੈਂਪੀਅਨ ਕਬੂਤਰ ਹੈ ਨਾ ਕੋਈ ਵਿਨਰ ਕਬੂਤਰ ਉਹ ਤਾਂ ਸ਼ੌਕ ਕਰਵਾ ਦਿਆ ਮੁੰਡਾ ਕਹਿੰਦਾ ਜੀ ਸ਼ੌਕ ਕਰਵਾ ਦਿਆ ਤੁਹਾਡਾ ਵਿਨਰ ਕਬੂਤਰ ਹੈ ਕਿਰਾਇਆ ਤੇ ਹੈ ਚੈਂਪੀਅਨ ਕਬੂਤਰੀ ਜੱਗਿਆਂ ਦੀ ਪੱਠੀ ਜੱਗਿਆਂ ਦੀ ਪੱਠੀ ਓਲੀ ਮਲਕ ਨਫੀਸ ਬਾਈ ਜੀ ਆਪ ਕੋ ਸ਼ੌਕ ਕਰਵਾ ਦਿਆ ਹੋਵੇ ਉਹ ਥੋੜ੍ਹਾ ਜਿਹਾ ਪਹਿਲੇ ਪਿੱਛੇ ਜਾ ਕੇ ਵੀਡੀਓ ਮੈਂ ਦੇਖੇਗੇ ਤਾਂ ਉਹ ਸ਼ੌਕ ਕਰਵਾ ਦਿਆ ਹੋਵੇ ਹਾਜੀ ਸਾਹਿਬ ਕੀ ਘਰ ਕੀ ਕਬੂਤਰੀ ਹੈ ਉਹ ਠੀਕ ਹੈ ਪਾਨਾ ਵਾਲੀ ਕਬੂਤਰੀ ਹੈ ਜਿਨਕਾ ਨਾਮ ਇਹਨਾਂ ਨੇ ਰੱਖਿਆ ਜੀ ਪਾਨੋ ਵਾਲੀ ਉਹ ਸ਼ੌਕ ਪਿੱਛੇ ਮੈਨੇ ਕਰਵਾ ਦਿਆ ਉਹ ਇਨਕੀ ਵਿਨਰ ਕਬੂਤਰੀ ਸੀ ਉਹ ਆਪ ਦੇਖ ਲੈ ਚਮਕੇ ਮੰਨ ਲੀ ਕਬੂਤਰ ਤੇ ਵਾਕਈ ਚੈਂਪੀਅਨ ਹੈ ਕੱਲ ਵੀ ਇਹ ਆਖਰੀ ਬੈਠਾ ਹੈ
ਇਹ ਮੇਰਾ ਇੱਕ ਸਮਝ ਲਓ ਕਿ ਮੇਰੇ ਸ਼ਾਹ ਸਾਹਿਬ ਦਾ ਹੀ ਦੋਸਤ ਸੀ ਸਾਈ ਸਾਹਿਬ ਜੀ ਜੀ ਉਹ ਵੀ ਅੱਲਾ ਨੂੰ ਪਿਆਰੇ ਹੋ ਗਏ ਨੇ ਅੱਛਾ ਅੱਛਾ ਤੇ ਸਾਈ ਸਾਹਿਬ ਦੇ ਘਰ ਦਾ ਕਬੂਤਰ ਜੀ ਮੇਰੇ ਕੋਲ ਮਾਸ਼ਾਅੱਲਾ ਮੈਂ ਪਾਉਂਦਾ ਨਹੀਂ ਰਿਹਾ ਚਾਰ ਤਵਾਰ ਕਿਉਂਕਿ ਘਰ ਬਹਿੰਦਾ ਨਹੀਂ ਸੀ ਅੱਛਾ ਰਾਤ ਰਹਿ ਜਾਂਦਾ ਸੀ ਤੇ ਦੋ ਤਵਾਰ ਮੈਂ ਪਾਇਆ ਪਿਛਲਾ ਤਵਾਰ ਪਿਛਲੇ 5:20 ਤੇ ਬੈਠਾ ਜੇ ਤੇ ਕੱਲ੍ਹ ਬੈਠਾ ਜੇ 5:30 ਤੇ ਸਾਈ ਸਾਹਿਬ ਇਹ ਵੀ ਫੌਤ ਹੋ ਗਏ ਅੱਲਾ ਤਾਲਾ ਇਹਨਾਂ ਨੂੰ ਜਨਰਲ ਜਗ੍ਹਾ ਦੇਵੇ ਜੀ ਸਾਡੇ ਅਸੀਂ ਦੁਆਵਾਂ ਹੀ ਕਰ ਸਕਦੇ ਹਾਂ ਦੋਸਤਾਂ ਵਾਸਤੇ ਚੋਰੀ ਪਾਰਟੀ ਦੇ ਜੀ ਸਹੀ ਸਾਹਿਬ ਵੇਖੋ ਨਾ ਹੁਣ ਸਾਡੇ ਚੋਰੀ ਪਾਰਟੀ ਹੈ ਸਾਡਾ ਸ਼ੌਕ ਵੀ ਹੁੰਦਾ ਹੈ ਅਸੀਂ ਉਹਨਾਂ ਕੋਲ ਕਬੂਤਰ ਵੀ ਲੈ ਕੇ ਡਾਉਂਦੇ ਹਾਂ ਸਹੀ ਸ਼ੌਕ ਤਾਂ ਇੰਝ ਹੀ ਹੈ ਨਾ ਹਾਂਜੀ ਹਾਂਜੀ ਬਿਲਕੁਲ ਇੰਝ ਹੀ ਜ਼ਬਰ ਦਿਖਾਉਣਾ ਇਹ ਵੇਖਣਾ ਜੀ ਇਹ ਕਬੂਤਰ ਜੇ ਲੱਗ ਪਿਆਲਾ ਸਾਡੇ ਹਿਸਾਬ 'ਚ ਤੇ ਉਹ ਪਾਉਣ ਵਾਲੀ ਕਬੂਤਰੀ ਆਈ ਸਾਹਿਬ ਜੱਗਿਆਂ ਦੀ ਤੇ ਇਹ ਕਬੂਤਰ ਜਿਹੜੇ ਨੇ ਇਹ ਚੈਂਪੀਅਨ ਕਬੂਤਰ ਨੇ ਤੇ ਹੋਰ ਕਬੂਤਰ ਵੀ ਤੁਹਾਨੂੰ ਸ਼ੌਕ ਕਰਾਉਂਦੇ ਹਾਂ ਅਸੀਂ ਇਹ ਜੇ ਸਾਡਾ ਲਕਵੇ ਵਾਲਾ ਕਬੂਤਰ ਚੋਰੀ ਸਹੀ ਸਾਹਿਬ ਦੇ ਘਰ ਦਾ ਵਾਲੇਕੁਮ ਅਸਲਾਮ ਸੁਲਮਾਨ ਲਤੀਫ ਭਾਈ ਜੀ ਇਹ ਵੀ ਹਜੇ ਤਾਬਲਾ ਦੇ ਘਰ ਦਾ ਜੇ ਜੀ ਜੀ ਦੋ ਨੰਬਰ ਕਬੂਤਰ ਦੋ ਨੰਬਰ ਖੁੱਡੇ ਦਾ ਉਹਨਾਂ ਦਾ ਦੋ ਨੰਬਰ ਕਬੂਤਰ ਇਹਦੀ ਭੈਣ ਟੈਡਨ ਜਿਹੜੀ ਨਾ ਲਾਹੌਰ ਚੈਂਪੀਅਨ ਹੋਈ ਸੀ ਜਦੋਂ ਜਿਹੜੀ 2017 ਚ ਵੀ ਚੈਂਪੀਅਨ ਹੋਈ ਸੀ ਸਹੀ 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 ਮਲਿਕ ਨਫੀਸ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਆਪਕੀ ਮੁਹੱਬਤ ਕਾ ਅੱਲਾ ਪਾਕ ਆਪਕੋ ਵੀ ਖੁਸ਼ ਰੱਖੇ ਔਰ ਅੱਲਾ ਪਾਕ ਆਪਕੋ ਵੀ ਕਾਮਯਾਬ ਕਰੇ ਜੀ ਹਰ ਜਗ੍ਹਾ ਪੇ ਬਹੁਤ ਸ਼ੁਕਰੀਆ ਯਾਰ ਆਪਕੀ ਮੁਹੱਬਤ ਕਾ ਜੀ ਬਹੁਤ ਹੀ ਪਿਆਰੇ ਬਾਈ ਹਮਾਰੇ ਨਵੀਦ ਗੁੱਜਰ ਸਾਹਿਬ ਜੋਨਸੀਆ ਜੀ ਹਮਾਰੇ ਸਾਥ ਲਾਈਵ ਹੋਏ ਔਰ ਨਵੀਦ ਬਾਈ ਕਿਆ ਹਾਲ ਹੈ ਆਪਕੇ ਠੀਕ ਹੋ ਇਹ ਕਬੂਤਰ ਜੀ ਮੇਰਾ ਫੁੱਲ ਸਿਰਾ ਕਬੂਤਰ ਹੈ ਜੀ ਜੀ ਇਹ ਬੜੇ ਪਿਆਰ ਵਾਲਾ ਕਬੂਤਰ ਹੈ ਇਹ ਪਹਿਲੇ ਤਵਾਰ ਬੈਠਾ ਹੈ 5-6 ਵਜੇ ਅਤੇ ਬਾਅਦ 'ਚ ਕਬੂਤਰ ਹੋ ਗਿਆ ਖਰਾਬ ਅਤੇ ਇਹ ਬੜੀਆਂ ਹੀ ਹਨੇਰਿਆਂ 'ਚ ਬਹਿੰਦਾ ਸੀ ਸਹੀ ਬੜੇ ਹਨੇਰਿਆਂ 'ਚ ਬਹਿੰਦਾ ਸੀ ਮੈਂ ਫਿਰ ਡੱਕ ਲਿਆ ਮੈਂ ਕਿਹਾ ਕੋਈ ਅਗਲੇ ਸਾਲ ਸਹੀ ਅੱਛਾ ਸਹੀ ਇਹ ਅਗਲੇ ਸਾਲ ਦੀ ਤਿਆਰੀ ਜੀ ਅਗਲਾ ਦੇਖੋ ਜ਼ਿੰਦਗੀ ਮੌਤ ਅੱਲਾ ਕੋਲੇ ਬਿਲਕੁਲ 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 ਇੱਕ ਕਬੂਤਰ ਮੇਰਾ ਇਹ ਬਹੁਤ ਕਮਾਲ ਹੈ ਨਹੀਂ ਹਮੇਸ਼ਾ ਅੱਲਾ ਪਾਕ ਜਿੰਦੇ ਵੀ ਘਰ ਦਾ ਹੈ ਜੀ ਜੀ ਦਿੱਤਾ ਤੇ ਅੱਲਾ ਦਿੱਤਾ ਜੀ ਅੱਛਾ 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 ਫੜਿਆ ਹੈ ਮੈਂ ਜਿੰਦੇ ਘਰ ਦਾ ਵੀ ਇਹ ਉਹਦੇ ਕੋਲ ਕਮਾਲ ਜੋੜਾ ਜੀ ਇਹ ਅੱਛਾ ਹਾਂਜੀ ਸਹੀ ਜ਼ਬਰਦਸਤ ਇਹ ਬੜੀਆਂ ਰਾਤਾਂ ਇੱਕ ਬੜੀ ਮੁਹੱਬਤ ਮੁਹੱਬਤ ਕਹਿੰਦਾ ਬੜੀ ਅੱਛੀ ਗੱਲ ਹੈ ਜਿਹੜੀ ਤੁਸੀਂ ਬੜੇ ਘੱਟ ਜਿਹੜੇ ਹੈਗੇ ਨੇ ਉਸਤਾਦ ਦੱਸਦੇ ਨੇ ਕਿ ਜੀ ਇਹ ਮੈਂ ਕਬੂਤਰ ਫੜਿਆ ਜੀ ਵਾਲਕਮ ਅਸਲਾਮ ਅੱਛਾ ਨਹੀਂ ਬੜੇ ਦੇਖ ਬਾਈ ਜਨਮ ਗੱਲ ਜੇ ਬੜੇ ਘੱਟ ਉਸਤਾਦ ਹੁੰਦੇ ਨੇ ਜਿਹੜੇ ਦੱਸਦੇ ਨੇ ਕਿ ਜੀ ਇਹ ਮੈਂ ਕਬੂਤਰ ਫੜਿਆ ਨਹੀਂ ਤਾਂ ਕਹਿੰਦਾ ਜੀ ਮੇਰੇ ਘਰ ਦਾ ਹੀ ਅਕਸਰ ਨਹੀਂ ਨਹੀਂ ਝੂਠ ਸਹੀ ਸਹੀ ਇਹ ਬੱਚਾ ਫੜਿਆ ਸੀ ਮੈਂ ਕਿਸੇ ਦਾ ਲੇਕਿਨ ਉਹਨੂੰ ਵੀ ਭਾਈ ਚਲੋ ਉਹਦੀ ਮਿਹਰਬਾਨੀ ਉਹਨੇ ਡਾਇਆ ਤਾਂ ਸਾਡੇ ਕੰਮ ਆ ਗਿਆ ਮੇਰੀ ਕਬੂਤਰੀ ਹੈ ਕਾਲੀ ਮੈਂ ਕੋਨੀ ਪਾਉਂਦਾ ਰਿਹਾ ਕਬੂਤਰੀ ਬੜੀ ਚੈਂਪੀਅਨ ਹੈ ਜੀ ਜੀ ਤੇ ਇੱਕ ਤਵਾਰ ਮੈਂ ਕੱਲ੍ਹ ਪਾਈ ਬੈਠੀ ਹੋਈ 7 ਮਿੰਟ ਘੱਟ 1 ਵਜੇ ਹੈ ਕਬੂਤਰੀ ਚੈਂਪੀਅਨ ਜਿਹਨੂੰ ਕਹਿੰਦੇ ਨੇ ਸਹੀ ਇਹ ਵੀ ਮੈਂ ਮਸਾਂ ਤੁਹਾਡੀ ਨਜ਼ਰ ਕਬੂਤਰੀ ਚੰਗੀ ਹੈ ਨਹੀਂ ਜੀ ਨਜ਼ਰ 'ਚ ਨਹੀਂ ਭੜਕਾਂ ਜਾਂਦੀਆਂ ਸ਼ਾਮ ਦੀਆਂ ਨੇ ਅੱਛਾ ਅੱਛਾ ਹਾਂਜੀ ਬਸ ਵਾਧਾ ਘਾਟਾ ਹੋ ਜਾਣਾ ਕੱਲ੍ਹ ਹਵਾ ਦੀ ਵਜ੍ਹਾ ਨਾਲ ਜਾਂ ਨਹੀਂ ਉੱਡੀ ਇਹ ਵੀ ਕਿਹਰ ਫੜੀ ਮੈਂ ਬੱਚਾ ਫੜਿਆ ਸੀ ਮੋਹਰ ਲੱਗੀ ਸੀ ਤੇ ਚਲੋ ਉਹਦੀ ਮਿਹਰਬਾਨੀ ਉਹ ਇੱਥੇ ਆ ਗਿਆ ਕਬੂਤਰ ਜੀ ਸ਼ਾਹ ਸਾਹਿਬ ਮੇਰੇ ਉਸਤਾਦ ਦੇ ਘਰ ਦੇ ਨੇ ਵੱਡੇ ਕਬੂਤਰ ਪੁਰਾਣੇ ਬੜੇ ਪਿਆਰ ਵਾਲੇ ਕਬੂਤਰ ਸੀ ਹੁੰਦੇ ਬਾਕੀ ਮਾਸ਼ਾਅੱਲਾ ਸਾਰੇ ਉਹਨਾਂ ਦੇ ਨੇ ਅਸੀਂ ਉਹਨਾਂ ਦੇ ਤੇ ਬਿਲਕੁਲ ਬਿਲਕੁਲ ਲਓ ਜੀ ਜੀ ਬਹੁਤ ਬਹੁਤ ਸ਼ੁਕਰੀਆ ਇੱਕ ਬਾਈ ਆਪਣੇ ਸਭ ਤਮਾਮ ਭਾਈਓ ਕਾ ਮੈਂ ਕਰਤਾ ਹੂੰ ਔਰ
अफतारी का टाइम हो गया हुआ है तो इंशाल्लाह थोड़ी देर बाद अगर दोबारा ऑनलाइन हो गए तो दोबारा मुलाकात होगी। तो कुछ देर के लिए हमें इजाज़त दीजिएगा और दुआओं में याद रखिएगा, और कोई गलती गुस्ताखी होगी हो तो उसके लिए माजरत, और प्लीज़ सब भाई जौन से भाइयों की तरह अदा करें और मोहब्बत भाईचारे के साथ जौन सा एक दूसरे के साथ वक्त गुजारा करें, शौक जौन सा मोहब्बत करिए। तो बराए मेहरबानी अपना ख्याल रखिएगा, तब तक के लिए अल्लाह हाफिज़।